ਤੇ ਗਾਇਜ਼ ਜੇ ਤੁਸੀਂ ਮਤਲਬ ਕਿ ਪੌੜੀਆਂ ਨਹੀਂ ਚੜ੍ਹਨੀਆਂ ਤੇ ਆ ਕਾਰ ਵੀ ਆ ਆਪਣੇ ਪੌੜੀਆਂ ਚੜ੍ਹ ਕੇ ਤੇ ਥੱਲੇ ਆ ਕੇ ਬਾਅਦ ਕੰਪਲੀਟ ਹੋ ਜਾਓ। ਗਾਇਜ਼ ਗਗਨ ਜੀ ਕਾ ਟਿੱਲਾ ਜਿਹੜਾ ਮੰਦਿਰ ਆ ਇੱਥੋਂ ਦਾ ਇਤਿਹਾਸ ਇਹ ਆ ਕਿ ਆਹ ਦੇਖੋ ਗਾਇਜ਼ ਅਕਸ਼ਰ ਕੈਮਰੇ ਦਾ ਹਾਲ। ਹਾਈ ਐਵਰੀਵਨ, ਨਮਸਤੇ, ਸਲਾਮ, ਸਤਿ ਸ਼੍ਰੀ ਅਕਾਲ, ਕਿੱਦਾਂ, ਕੀ ਹਾਲ ਚਾਲ। ਆਈ ਵਿਸ਼ ਕਿ ਤੁਸੀਂ ਸਾਰੇ ਰਹੋ ਫਿਟ ਐਂਡ ਫਾਈਨ ਅਤੇ ਚੜ੍ਹਦੇ ਸੂਰਜ ਵਾਂਗੂ ਕਰਦੇ ਰਹੋ ਸ਼ਾਈਨ। ਅਤੇ ਗਾਈਜ਼ ਅੱਜ ਆਪਾਂ ਚੱਲੇ ਹਾਂ ਜੀ ਗਗਨ ਜੀ ਕਾ ਟਿੱਲਾ, ਉਹ ਲੋਕੇਸ਼ਨ 'ਤੇ ਚੱਲੇ ਹਾਂ ਸ਼ਿਵਜੀ ਮਹਾਰਾਜ ਦੀ, ਮਤਲਬ ਕਿ ਇਹ ਜਗ੍ਹਾ ਸ਼ਿਵਜੀ ਮਹਾਰਾਜ ਦੀ ਆ ਅਤੇ ਉੱਥੇ ਚੱਲੇ ਅੱਜ ਆਪਾਂ। ਅਤੇ ਆਹ ਦੇਖੋ ਮੈਡਮ ਸਾਡੀ ਦਾ ਹਾਲ, ਹਜੇ ਤੱਕ ਮੈਡਮ ਤਿਆਰ ਨਹੀਂ ਹੋਏ। ਮੈਡਮ ਕੀ ਗੱਲ ਹੋ ਗਈ ਆ? ਮੈਂ ਤਾਂ ਹੋ ਗਈ ਆ, ਮੈਂ ਜੀ ਝੂਠੀ ਰੈਡੀ ਰੈਡੀ ਗਾਈ ਦਾ ਦੋ ਆਪਾਂ ਤਾਂ ਰੈਡੀ ਆ, ਬਸ ਟੋਪੀ ਲੋੜੀ, ਹੈਲਮਟ ਪਾਉਣਾ ਅਤੇ ਘੜੈ 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 ਕਰਦੇ ਆਪਾਂ ਤੁਰ ਪੈਣਾ। ਅਤੇ 8 ਵਜੇ ਜਾਣਾ ਸੀ ਗਾਈ, ਲੇਟ ਕਰਾ ਦਿੱਤਾ। 8 ਵਜੇ ਜਾਣਾ ਸੀ ਅਤੇ ਟਾਈਮ ਹੋਇਆ ਵਾ 8 ਵਜੇ ਆ ਪੂਰੇ ਹੁਣ, ਅਤੇ ਹੋਰ 5-7 ਮਿੰਟ 'ਚ ਨਿਕਲ ਜਾਣਾ ਆਪਾਂ। ਅਤੇ ਠੀਕ ਆ ਗਾਈਜ਼, ਆਪਾਂ ਹੁਣ ਤੁਹਾਨੂੰ ਮਿਲਦੇ ਹਾਂ ਰੋਡ 'ਤੇ। ਗਾਈਜ਼ ਘਰੋਂ ਆਪਾਂ ਨਿਕਲ ਗਏ ਹਾਂ ਅਤੇ ਨਿਕਲਦੇ ਨਿਕਲਦੇ 8:41 ਹੋ ਗਏ ਆ, ਮਤਲਬ ਕਿ ਥੋੜ੍ਹਾ ਟਾਈਮ ਟੂਮ ਲੱਗ ਗਿਆ। ਚੇਨ ਨੂੰ ਲਿਊਬ ਕਰਨਾ ਸੀ, ਚੇਨ 'ਤੇ ਸਪਰੇ ਮਾਰਨੀ ਸੀ ਬਾਈਕ ਦੀ, ਤਾਂ ਥੋੜ੍ਹਾ ਟਾਈਮ ਲੱਗ ਗਿਆ। ਅਤੇ ਬਸ ਹੁਣ ਆਪਾਂ ਨਿਕਲ ਗਏ ਹਾਂ, ਬਸ ਅੱਧੇ ਹੁਣ ਆਪਾਂ ਰਾਹ 'ਚ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਜਾਣਾ ਹੁਣ ਆਪਾਂ। ਲਓ ਜੀ ਗਾਈਜ਼, ਪਠਾਨਕੋਟ ਬਾਈਪਾਸ ਆਪਾਂ ਆ ਗਏ। ਅਤੇ ਗਾਈਜ਼ ਭੋਗਪੁਰ ਜਾ ਕੇ ਕਾਲ ਕਰਨੀ ਆ, ਭਾਂਜਾ ਹੋਇਆ ਮੇਰਾ ਇੱਥੇ, ਮੇਰੇ ਕਜ਼ਨ ਦੀਦੀ ਆ ਉਹਨਾਂ ਦਾ ਬੇਟਾ, ਭਾਂਜਾ ਮਤਲਬ ਛੋਟਾ ਜਿਹਾ ਭਾਂਜਾ ਨਹੀਂ ਹੈਗਾ, ਤਾਂ ਇੱਕ ਹਿਸਾਬ ਦਾ ਹਾਣੀ ਆ, ਭਾਂਜਾ ਗਾ, ਇਹਨੇ ਸਮਝ ਲਓ ਕਿ ਛੋਟਾ ਜਿਹਾ ਹੋਊਗਾ। ਮੇਰੇ ਕਜ਼ਨ ਦੀਦੀ ਆ ਉਹਨਾਂ ਦਾ ਬੇਟਾ ਆ, ਉਹਨੂੰ ਕਾਲ ਕਰਨੀ, ਉਹ ਵੀ ਕਹਿੰਦਾ ਨਾਲ ਜਾਣਾ ਮਾਮਾ ਜੀ। ਮੈਂ ਕਿਹਾ ਚੱਲ ਭਾਈ ਕੀ ਕਹਿ ਸਕਦੇ ਹਾਂ। ਚੱਲ ਚੱਲ ਚੱਲ, ਲਾਲ ਬੱਤੀ ਨਾ ਹੋ ਜੇ, ਦੱਸ ਇੰਨਾ ਸਲੋ। ਲਓ ਜੀ ਮੁੜ ਗਏ ਜੀ ਆਪਾਂ ਪਠਾਨਕੋਟ ਵਾਲੀ ਰੋਡ ਨੂੰ। ਲਓ ਜੀ ਪਠਾਨਕੋਟ ਵਾਲੀ ਰੋਡ 'ਤੇ ਆਪਾਂ ਚੜ ਗਏ ਹਾਂ। ਗਾਈਜ਼ ਅੱਗੇ ਤੁਹਾਡੇ ਬਈ ਆ, ਧੁੰਦ ਪਈ ਆਪਣੇ ਸ਼ਹਿਰ 'ਚ ਸਾਫ ਆ, ਇੱਥੇ ਧੁੰਦ ਪਈ ਹੋਈ ਆ, ਪਤਾ ਨਹੀਂ ਕੈਮਰੇ 'ਚ ਸ਼ੋ ਹੁੰਦਾ ਕਿ ਨਹੀਂ ਸ਼ੋ ਹੁੰਦਾ ਪਿਆ, ਬਟ ਧੁੰਦ ਪਈ ਹੋਈ ਆ, ਧੁੰਦ ਵੀ ਥੋੜ੍ਹੀ ਬਹੁਤ ਨਹੀਂ ਆ ਬਾਈ। ਆਹ ਦੇਖਿਓ ਹੁਣ ਤੁਹਾਨੂੰ ਪੂਰੀ ਧੁੰਦ ਆ, ਵੈਸੇ ਤਾਂ ਅਸੀਂ ਆਰਾਮ ਨਾਲ ਹੀ ਜਾਂਦੇ ਪਏ ਹਾਂ ਕਿਉਂਕਿ ਰਮਨ ਮੇਰੇ ਨਾਲ ਹੈ, ਰਮਨ ਨਾਲ ਆ, ਆਰਾਮ ਨਾਲ ਜਾਂਦਾ ਵਾ। ਮੈਂ ਵੈਸੇ ਵੀ ਜ਼ਿਆਦਾ ਮਤਲਬ ਕਿ ਰਫ ਰਾਈਡ ਨਹੀਂ ਕਰਦਾ, ਆਰਾਮ ਨਾਲ ਹੀ ਜਾਂਦਾ ਮੈਂ। ਚਲੋ ਠੀਕ ਹੈ ਗਾਈਸ, ਦੇਖਦੇ ਹਾਂ ਤੁਹਾਨੂੰ ਕਿੱਥੋਂ ਤੱਕ ਪਈ ਆ, ਹੌਲੀ ਹੌਲੀ ਜਾਈ ਜਾਂਦੇ ਪਏ ਹਾਂ। ਗਾਈਜ਼ ਜਲੰਧਰ ਤੋਂ ਤੁਰੇ ਸੀਗੇ, ਜਲੰਧਰ ਤੋਂ ਤੁਰੇ ਸੀਗੇ ਕਿ ਮੌਸਮ ਪੂਰਾ ਸਾਫ਼ ਆ, ਕਿਉਂਕਿ ਜਲੰਧਰ 'ਚ ਹੈ ਸੂਰਜ ਦੇਵਤਾ ਜੀ ਨਿਕਲ ਗਏ ਸੀਗੇ, ਸੂਰਜ ਬਾਬਾ ਜੀ, ਅਤੇ ਇੱਥੇ ਤੁਹਾਨੂੰ ਦਿਖਾਵਾਂ ਕੀ ਹਾਲ ਹੋਇਆ, ਮੈਂ ਤੁਹਾਨੂੰ ਦਿਖਾਉਂਦਾ, ਮੈਂ ਤੁਹਾਨੂੰ ਬਾਈਕ ਦਿਖਾਉਂਦਾ, ਮੇਰੇ ਹੈਲਮਟ ਦਾ ਵਾਈਜ਼ਰ ਹੈ ਨਾ ਜਿਹੜਾ, ਸੋਰੀ ਜੇ ਆਵਾਜ਼ ਨਹੀਂ ਕਲੀਅਰ ਆਉਂਦੀ ਹੋਊਗੀ, ਜਿਹੜੇ ਮੇਰੇ ਹੈਲਮਟ ਦਾ ਵਾਈਜ਼ਰ ਹੈ ਨਾ ਤੁਹਾਨੂੰ ਉਹ ਦਿਖਾਉਂਦਾ ਉਹਦਾ ਕੀ ਹਾਲ ਹੋਇਆ ਪਿਆ। ਗਾਈਜ਼ ਆਹ ਦੇਖੋ ਹੈਲਮਟ ਦੇ ਵਾਈਜ਼ਰ ਦਾ ਹਾਲ ਦੇਖੋ, ਆਹ ਦੇਖੋ ਗਾਈਜ਼, ਬਾਈਕ ਨਹੀਂ ਚੱਲਦੀ ਨਹੀਂ ਭਾਈ, ਇੰਨੀ ਫੋਗ ਜੰਮ ਗਈ ਸੀ ਵਾਈਜ਼ਰ 'ਤੇ, ਅਤੇ ਟੀ ਫੋਗਰ ਵਾਲਾ ਨਹੀਂ ਆ ਮੇਰਾ, ਮੇਰੇ ਹੈਲਮਟ ਦਾ ਵਾਈਜ਼ਰ, ਅਤੇ ਹੁਣ ਰੁਕਿਆ, ਮੈਂ ਤੁਹਾਨੂੰ ਦੱਸਿਆ ਸੀ ਨਾ 5 ਨੂੰ ਕਾਲ ਕਰਨੀ ਆ,
अजय नाम ओहदा, मैं हुण अजय नूं कॉल कर लां, इक वारी उहनूं कह देवां वी भोगपुर पहुँच गए आपां। भोगपुर पहुँच गए हाँ, 9:30 होए आ, हौली हौली आए आपां। चलो कॉल कर लां अजय नूं। तुहानूं मैं अपना एक्शन कैमरा दिखाना भुल गया, एक्शन कैमरे देखियो उहदा की हाल होया पिया। आ देखो भाई एक्शन कैमरे का हाल। तै मैं रमन नूं ना सिरे में क्या, मैं कहा जैकेट पाला है, कहिंदी नहीं मौसम खराब आ। आ देखो हुण, हुण दस दस ठीक है गाइस, हुण चलदे आ। अजय कहिंदा इत्थों भोगपुर तों 20-25 मिनट दा राह आ, पर आपां जाणा आराम नाल ही आ। सानूं 20-25 मिनट दे भावें अद्धा घंटा वी लग जाए, अद्धा घंटा 10 मिनट बाद 40 मिनट लग जाए तो कोई गल नहीं, आपां जाणा आराम नाल। गाइस बहुत ज़्यादा धुंद है इधर, तो 1% भी अभी एक्सपैक्ट नहीं सी कीता इन्नी धुंद होगी। टांडा 13 किलोमीटर, पठानकोट 83, जम्मू 193। गाइस देख लो, ये व्लॉगिंग नहीं है सर, एक धुंद का दरिया है और ठर ठर करके जाना है। चलो जी गाइस, आप टांडा क्रॉस कर गए हैं, तो 10:03 हो गए। अजय इतने लागे कोई खुदा कला पिंड आ, कोई उत्थे खड़ा है अपनी साइड ही। लो जी गाइस, अगे सिलेंडर पे जाना पे, अजय मिल गया सानू खुदा कला जरा इत एरिया, तो हम इन्हों को फॉलो करते करते जाना है। हाँ जी गाइस, पठानकोट बाईपास तो दसूए ना मतलब कि मोड़ मुड़ती है, दसूए तो ना दसूए पार करके हाजीपुर एक राइट साइड मोड़ मुड़ते हैं, ये हाजीपुर वाले रोड पर है, आप हाजीपुर वाले रोड पर आना है। हम आप हाजीपुर वाली रोड पर आ गए हुए हैं। हाँ सूरज बाबा जी आ गए, सूरज बाबा जी इधर निकले आ। मैं तो सोचता पाया सीगा जिस हिसाब से धुंद पई आ, जिहड़ा गगन जी का टिल्ला जिहड़ा मंदिर है उपर जाके जिदा उतों शिवालिक रेंज दियां पहाड़ियां दिख दियां, पहाड़ दिखते हैं शिवालिक रेंज के। मैं सोचता पा कि मैं ये लगता पा सी जिस हिसाब की धुंद आ, ये ना भी वो जोड़ा पहाड़ है उतों ना मतलब कि देखे ना जा सकन, पर हम सूरज बाबा जी ने दर्शन देते आ तो हूँ हैगी उम्मीद भी देखने मिल जा। रह गया थोड़ा ही 10-12 किलोमीटर रह गया बस, वो अभी अजय जाता पे, आप अजय फॉलो कर देते हैं। गाइस इधरों मुड़ गए हैं, अजय कहता चाह चू पी लीए, मैं इन्हू क्या उतों पीवेंगे, ये कहता उत्थे कितने चाह चू होंगी कहता। गाइस धुप निकल गई है तो इतने रुके हैं, कॉफी कूफी पी लीए। मैं तो कहा कि अजय भी उत्थे पीवेंगे, वो कहता उत्थे कुछ है नहीं योजा। ये आई है अजय, उदो तो हाई की चज ना हूँ तो कर दे, हाई भी कह दे बाय। गाइस हूँ उदा मौसम साफ हो गया, धुप निकल गई है। चलो ठीक है, हम बहिए खाते पीने। लो जी आए जी ऑर्डर भाई, शुक्रिया तुम रुके, मैं वीडियो शॉर्ट लैन भाई नु गया भी रुक जाओ भाई, मैं कड़ शॉर्ट ले ला। थैंक यू, खा लीए, खा ला तू भी खाने रहन दे। स्वाद अजय नहीं पूछ लिया, अजय की कहता ठीक है भाई, सॉरी गलती होगी पुछ के। हाँ जी गाइस भुख बाली आ, ओवर ईटिंग आप कह सकते थोड़ी बहुत है, धक्केशाही होगी खान पीन की होगी, धक्केशाही खान पीन। गाइस देखो अजे एक प्या या खादा नहीं गया, बाकी अजय कहता पाया कि उत्थे जो आप पौड़ियाँ चढ़नी आ, तो उत्थे फिर कहता उत्थे जाके पता लगना जो ज़्यादा खा लिया, यही कहता पाया ना करके। हूँ मैं यही नहीं कहना भी आप घट खाना है क्योंकि ज़्यादा ऑलरेडी खाधा गया। हाँ जी रमन जी
चलो आप तो उ मिलते हैं जी गाइज खा पी लिया तो हम आप इतों निकलन लगे हैं। हाँ जी सरदारनी जी चलिए चलो जी। हाँ जी गाइज खा पी के निकल गए हैं, खा पी लिया निकल गए हैं, थोड़े हो गए हैं फ्रैश जे। रमन ने तो मैं तो घर जो भाव मॉर्निंग सवेरे 3 बजे क्यों ना निकलना हो, थोड़ा बहुत हल्का फुल्का खा के निकलता हूँ मैं। तो रमन तो भुख लगी सी, कुछ नहीं खाधा पीता सी, तो अजय भी गंदा गंदा इतने खा पी लीए। तो गई जा नाले हाजीपुर वाले, हाजीपुर वाली रोड तो राइट साइड आप हो गए हैं। ये हुण रोड पतली है काफ़ी, उधर नहीं जाती है। अजय कहना 1.5 किलोमीटर रह गया, वो सामने देखो एक पहाड़ दिया पाया, पहाड़ वो देखो सामने एक, मैं लगता आप जाना ही उत्थे। चलो देख दे अगे जाके पता लगेगा। गाइस हम सूरज बाबा जी की है लश्कोर पैंडी है, मजा आन डिया। बाकी वह गाइस तुम शायद हो सकता पहाड़ सामने देखते हो, मे भी कैमरा ये वाले सीन जस्टिफाई ना करता पाया हो वाले फ्रेम न। बाकी चलो बाकी पहुँचते हैं उत्थे ही, 5 मिनट का राह रह गया होर। गाइस आ देखो पहाड़ देड़ वो टॉप ते मंदिर आप उत्थे जाना, वो थल्लों पौड़ियाँ स्टार्ट करके अगे रुख आ गया, अगे 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 रुख आ गया, ये ओ देखो वो जड़ा टॉप ते ना मंदिर आप उत्थे जाना, ओ टॉप ते मंदिर उत्थे जाना आप पौड़ियाँ चढ़ के, रह गया 5 मिनट का राह होर। ओ जी गाइस आप उत्थे पहुँच गए, आ जी सामने एंट्री गेट। इधर आ जी पार्किंग, हाँ जी गाइस मोटरसाइकिल इतने आप लाते हैं, वो लगे दोनों, एक अपना लगा एक अजय वाला लगा। तो हुण इधर नूं आपां जाणा, इधर नूं जाणा। आओ रमन पौड़ियां तू गिणनियां ठीक है, आ 1 2 3 4 5 5 प्राचीन शिव मंदिर। लो जी पौड़ियाँ स्टार्ट हो गई, गिनती गिनती भुल गई हूँ, 2-4 स्टैप ही चढ़े आ ते साफ सफाई दिखी दे। मैं तो हो गया भी अच्छा। भाई आप देख लो कितना तुरे आराम ना, मेरे को मेरे को एक बह गया ते हेलमेट भी थकना तो है सर। ये है जी साडा ट्रैकर, इस बंदे नूं की फर्क पैंदा है।
ਯਾ ਪੱਕੀ ਨਹੀਂ ਆ ਫਿਰ ਬੈਠੀ ਕਿਉਂ ਮੈਂ ਵੈਸੇ ਬੈਠੀ देखो इतों हम पौड़ियाँ स्टीप हो गई पूरी खड़मिया जी हो गई पूरी पूरी स्टीप आ पौड़ियाँ चढ़ाई वाली तुम आवाज तो लगता पा होना भी सह फुल गए थे फुलने आ सह ਉੱਪਰ ਆ ਕੇ ਬਹੁਤ ਸੋਹਣਾ ਵਿਊ ਆ देखो आप इतों आ पौड़ियाँ चढ़ते आए हैं वो देखो जी शिवजी भगवान की जी मूर्ति लगी है उत्थे वह तो वो शायद तू सामने दिखता हो जिसे काम चलता पा क्रेन जी खड़ी है तो उत्थे इधर आ मंदिर है मंदिर नहीं सॉरी एंट्री है आहा या आ एंट्री उतों आते 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 आ सारा राह आन दिया देखो हाँ देखो इतने भी वो सारा उधरों पौड़ियाँ चढ़ते इधर तक आए फिर इधरों देखो गाइस वो उतो पौड़ियाँ चढ़ते 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 गाइस आ देखो आ जड़ा पिंड है इत्थे लग छग दे इत्थे सारे दीदे साफ हाँ देखो गाइस पिंड है हाँ अजय अच्छी दस मैनू की कहना सोहड़ा कंडी पिंड है सोहड़ा कंडी आ वाला
ਅਛਾ ਵਾਲਾ ਆ ਜਿੱਥੇ ਘਰ ਆ ਆ ਰੁੱਖ ਦੇ ਉੱਲੇ ਗਾਈਜ਼ ਆ ਜਿਹੜਾ ਪਿੰਡ ਆ ਹੈਗਾ ਕਿਹੜਾ ਸੋਹੜਾ ਕੰਡੀ ਸੋਹੜਾ ਕੰਡੀ ਪਿੰਡ ਆ ਦੇਖੋ ਕਿੱਦਾਂ ਨਿੱਕੇ ਨਿੱਕੇ ਘਰ ਦੀ ਦੇ ਆਪਣਾ ਅੱਛਾ ਇਹ ਮੰਦਰ ਇੱਥੋਂ ਦਾ ਹੀ ਆ ਸੋਹੜਾ ਕੰਡੀ ਅੱਛਾ ਅਤੇ ਗਾਈਜ਼ ਇਹ ਮੰਦਰ ਦੀ ਕੀ ਮਤਲਬ ਕਿ ਹਿਸਟਰੀ ਆ ਕੀ ਇਤਿਹਾਸ ਆ ਅਤੇ ਉਹ ਆਪਾਂ ਥੱਲੇ ਕਿਸੇ ਨੂੰ ਪੁੱਛਦੇ ਹਾਂ ਜਾਂ ਕਿਤੇ ਲਿਖਿਆ ਹੋਊਗਾ ਅਤੇ ਫਿਰ ਮੈਂ ਤੁਹਾਨੂੰ ਦੱਸਦਾ ਗਾਈਜ਼ ਆ ਮੰਦਰ ਆ ਮਤਲਬ ਕਿ ਮੰਦਰ ਜਿਹੜਾ ਮੇਨ ਆ ਠੀਕ ਆ ਅਤੇ ਉੱਥੋਂ ਮੰਦਰ ਤੋਂ ਆਹ ਪੌੜੀਆਂ ਥੱਲੇ ਨੂੰ ਆ ਕੇ ਅਤੇ ਉਹ ਸਾਹਮਣੇ ਲੰਗਰ ਆ ਆਹ ਦੇਖੋ ਆਹ ਸਾਹਮਣੇ ਲੰਗਰ ਆ ਸਾਹਮਣੇ ਲੰਗਰ ਛੱਕ ਦੇ ਗਏ ਠੀਕ ਆ ਗਾਈਜ਼ ਦਰਸ਼ਨ ਕਰ ਲਏ ਆਪਾਂ ਹੁਣ ਉੱਥੋਂ ਆਪਾਂ ਨਿਕਲਦੇ ਹਾਂ ਬਹੁਤ ਵਧੀਆ ਆ ਇੱਕ ਵਾਰੀ ਜ਼ਰੂਰ ਆਓ ਗਾਈਜ਼ ਗਗਨ ਜੀ ਕਾ ਟਿੱਲਾ ਜਿਹੜਾ ਮੰਦਰ ਆ ਇੱਥੋਂ ਦਾ ਇਤਿਹਾਸ ਇਹ ਆ ਕਿ ਜਦੋਂ ਜਿਹੜੇ ਪਾਂਡਵ ਸੀਗੇ ਉਹਨਾਂ ਨੇ ਅਗਿਆਤਵਾਸ 'ਤੇ ਜਾਣਾ ਸੀਗਾ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਅਗਿਆਤਵਾਸ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਸੁਨਸਾਨ ਜਗ੍ਹਾ 'ਤੇ ਜਾ ਕੇ ਸ਼ਿਵਜੀ ਭਗਵਾਨ ਜੀ ਦੀ ਪੂਜਾ ਅਰਚਨਾ ਕਰੋ ਅਤੇ ਉਹਨਾਂ ਨੇ ਫਿਰ ਪਾਂਡਵਾਂ ਨੇ ਫਿਰ ਇੱਥੇ ਇਸ ਜਗ੍ਹਾ 'ਤੇ ਆ ਗਏ ਇਹ ਸੁਨਸਾਨ ਜਗ੍ਹਾ ਉਹਨਾਂ ਨੇ ਲੱਭੀ ਸੀ ਇਸ ਜਗ੍ਹਾ 'ਤੇ ਆ ਕੇ ਉਹਨਾਂ ਨੇ ਪੂਜਾ ਅਰਚਨਾ ਕੀਤੀ ਸੀ ਸ਼ਿਵਜੀ ਭਗਵਾਨ ਜੀ ਦੀ ਅਤੇ ਉਹਨਾਂ ਦੀ ਪੂਜਾ ਅਰਚਨਾ ਤੋਂ ਖੁਸ਼ ਹੋ ਕੇ ਸ਼ਿਵਜੀ ਭਗਵਾਨ ਜੀ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਸੀਗੇ ਅਤੇ ਉਦੋਂ ਦਾ ਇੱਥੇ ਸ਼ਿਵਲਿੰਗ ਆ ਸ਼ਿਵਜੀ ਭਗਵਾਨ ਜੀ ਦਾ ਅਤੇ ਫਿਰ ਦਰੋਪਦੀ ਅਤੇ ਪਾਂਡਵਾਂ ਨੂੰ ਸ਼ਿਵਜੀ ਭਗਵਾਨ ਜੀ ਨੇ ਆਪਣੇ ਦਰਸ਼ਨ ਦਿੱਤੇ ਸੀਗੇ ਅਤੇ ਉਦੋਂ ਫਿਰ ਉਹਨਾਂ ਨੇ ਸ਼ਿਵਜੀ ਭਗਵਾਨ ਜੀ ਨੇ ਕਿਹਾ ਸੀ ਕਿ ਇੱਥੇ ਜਿਹੜਾ ਸੱਚੇ ਮਨ ਨਾਲ ਆ ਕੇ ਪੂਜਾ ਅਰਚਨਾ ਕਰੂਗਾ ਅਤੇ ਉਹਨਾਂ ਦੀ ਮਤਲਬ ਕਿ ਮਨੋਕਾਮਨਾ ਪੂਰੀ ਹੋਊਗੀ ਅਤੇ ਇੱਕ ਹੋਰ ਵੀ ਆ ਉਹ ਇਹ ਵੀ ਕੋਈ ਪਹਾੜੀ ਰਾਜਾ ਇੱਥੋਂ ਲੰਘਦਾ ਪਿਆ ਸੀਗਾ ਅਤੇ ਉਹਨੂੰ ਕੋਈ ਚੀਜ਼ ਇੱਥੇ ਇਸ ਪੂਰੇ ਉੱਪਰ ਟਿੱਲੇ 'ਤੇ ਕੋਈ ਚੀਜ਼ ਸ਼ਾਈਨ ਕਰਦੀ ਦਿਖੀ ਉਹਨੂੰ ਚਮਕਦੀ ਹੋਈ ਚੀਜ਼ ਅਤੇ ਉਹਨੇ ਉੱਪਰ ਆ ਕੇ ਦੇਖਿਆ ਅਤੇ ਉੱਪਰ ਆ ਕੇ ਦੇਖਿਆ ਅਤੇ ਇੱਥੇ ਸ਼ਿਵਲਿੰਗ ਸੀਗਾ ਅਤੇ ਫਿਰ ਉਹਨਾਂ ਦੇ ਉਹੜੇ ਪਹਾੜੀ ਰਾਜਾ ਸੀਗਾ ਉਹਨਾਂ ਦੇ ਕੋਈ ਔਲਾਦ ਵੀ ਨਹੀਂ ਸੀ ਅਤੇ ਉਹਨਾਂ ਨੇ ਫਿਰ ਇੱਥੇ ਆ ਕੇ ਪੂਜਾ ਅਰਚਨਾ ਕੀਤੀ ਸੀ ਅਤੇ ਕੁਛ ਦੇਰ ਬਾਅਦ ਉਹਨਾਂ ਦੇ ਬੇਟੀ ਨੇ ਜਨਮ ਲਿਆ ਸੀਗਾ ਜਿਨ੍ਹਾਂ ਦਾ ਨਾਮ ਉਹਨਾਂ ਨੇ ਗਗਨ ਰੱਖਿਆ ਸੀਗਾ ਅਤੇ ਉਦੋਂ ਤੋਂ ਇਹ ਪ੍ਰਾਚੀਨ ਸ਼ਿਵ ਮੰਦਰ ਨੂੰ ਗਗਨ ਜੀ ਕਾ ਟਿੱਲਾ ਕਿਹਾ ਜਾਣ ਲੱਗਾ ਗਾਈਜ਼ ਆ ਦੇਖੋ ਜਿੱਥੇ ਜਾਓ ਉਹਨੇ ਆ ਪੀਂਘ ਜੇ ਦੇ ਝੂੜੇ ਜ਼ਰੂਰ ਲੈਣੇ ਹੁੰਦੇ ਅਤੇ ਨਿਕੋਬਾਰ ਦੇ ਵਲੋਗ 'ਚ ਵੀ ਦੇਖਿਆ ਹੋਣਾ ਗਾਈਜ਼ ਥੱਲੇ ਜਾਣਾ ਸਟਾਰਟ ਹੋ ਗਏ ਹਾਂ ਦੇਖੋ ਉੱਪਰੋਂ ਸਾਰਾ ਦਿਖਦਾ ਉੱਥੋਂ ਤੱਕ ਜਾਣਾ ਆਪਾਂ ਉਹ ਦੇਖੋ ਉਹ ਦੇਖੋ ਉਹ ਸਾਰੀਆਂ ਪੌੜੀਆਂ ਚੱਲ ਜਾਂਦੀਆਂ ਉੱਥੇ ਤੱਕ ਜਾਣਾ ਉੱਥੋਂ ਆਏ ਹਾਂ ਆਪਾਂ ਕਰ ਲਓ ਸਬਸਕ੍ਰਾਈਬ ਸਬਸਕ੍ਰਾਈਬ ਕਰਾਉਣ ਲੱਗਾ ਜੀ ਮੈਂ ਆਹ ਦੇਖੋ ਮੁੰਡਿਆਂ ਕੋਲੋਂ ਨੇਟਿਵ ਸਿੰਘ ਆ ਲਓ ਜੀ ਆਹ ਮੁੰਡਿਆਂ ਨੂੰ ਆਪਾਂ ਸਬਸਕ੍ਰਾਈਬ ਭਾਈ ਤੂੰ ਡਰੀ ਕਿਉਂ ਜਾਂਦਾ ਯਾਰ ਕੈਮਰੇ ਤੋਂ ਭਾਈ ਤਾਂ ਮੂੰਹ ਫਿਰੀ ਜਾਂਦਾ ਥੈਂਕ ਯੂ ਵੀਰਾ ਕਰਦੀ ਠੀਕ ਹੈ ਸਬਸਕ੍ਰਾਈਬ ਮੁੰਡੇ ਖੁਸ਼ ਹੋ ਗਏ ਭੱਜਦੇ ਗਏ ਮੁੰਡੇ ਵਧੀਆ ਮੁੰਡੇ ਦਾ ਸਵਾਲ ਲਓ ਜੀ ਰਮਨ ਨੇ ਪੌੜੀਆਂ ਹੁਣ ਆਉਂਦੇ ਹੋਏ ਗਿਣੀਆਂ ਸਟਾਰਟ ਕਰਤੀਆਂ ਜਦੋਂ ਆਪਾਂ ਚੜ੍ਹਦੇ ਪਏ ਸੀ ਉਦੋਂ ਤਾਂ ਸਾਹ ਫੁੱਲੇ ਸੀ ਕੋਈ ਸੁਰਤ ਨਹੀਂ ਵੀ ਕੀ ਕਰਨਾ ਅਤੇ ਕੀ ਨਹੀਂ ਜਾਣ ਲੱਗਿਆ ਹੁਣ ਪੌੜੀਆਂ ਗਿਣਨ ਡਈ ਆ
ਭਾਈ ਸਾਹਿਬ ਦੇਖੋ ਵੀ ਲੱਤ ਕਿੱਦਾਂ ਕੰਮਣ ਡੀ ਮੈਨੂੰ ਨਹੀਂ ਪਤਾ ਦਰਦ ਦੁਰਦ ਨਹੀਂ ਕੁਛ ਹੋਣ ਡੀ ਬਸ ਆਪਣੇ ਆਪ ਪੌੜੀਆਂ ਚੜ੍ਹ ਕੇ ਅਤੇ ਥੱਲੇ ਆ ਗਏ ਬਸ ਤਾਂ ਕੰਬਦੀ ਪਈ ਜਦੋਂ ਭਾਰ ਪਾਉਣਾ ਇੱਦਾਂ ਨਾ ਫਿਰ ਨਹੀਂ ਜਦੋਂ ਭਾਰ ਪਾਇਆ ਨਾਲੇ ਕੰਬਣੀ ਸਟਾਰਟ ਹੋ ਜਾਂਦੀ ਭਾਈ ਵੈਸੇ ਤਾਂ ਪੌੜੀਆਂ ਪੁੜੀਆਂ ਚੜ੍ਹਨੀਆਂ ਈਜ਼ੀ ਆ ਬਟ ਈਜ਼ੀ ਉਹਨਾਂ ਲਈ ਹੈ ਜਿਹੜੇ ਵਰਕਆਊਟ ਕਰਦੇ ਆ ਸਾਡੇ ਵਰਗੇ ਕਿਤੇ ਕਦੇ ਕਦੇ ਹੀ ਆਉਣਾ ਅਤੇ ਫਿਰ ਲੱਤਾਂ ਕੰਬਣੀਆਂ ਹੀ ਆ ਜੇ ਗਾਈ ਹੁਣ ਚੱਲੇ ਥੱਲੇ ਬਸ ਥੱਲੇ ਪਹੁੰਚ ਚੱਲੇ ਹਾਂ ਰਮਨ ਹੁਣ ਪੌੜੀਆਂ ਗਿਣਨ ਡੀ ਜਾਂਦੇ ਹੋਏ ਹੁਣ ਦੇਖਦੇ ਹਾਂ ਟੋਟਲ ਕਿੰਨੀਆਂ ਪੌੜੀਆਂ ਬਣਦੀਆਂ ਅਤੇ ਗਾਈਸ ਜੇ ਤੁਸੀਂ ਮਤਲਬ ਕਿ ਪੌੜੀਆਂ ਨਹੀਂ ਚੜ੍ਹਨੀਆਂ ਤਾਂ ਆਹ ਕਾਰ ਵੀ ਆ ਕਾਰ ਦਾ ਰੈਂਟ ਵੀ ਆ 50 ਰੁਪਏ ਪਰ ਹੈੱਡ ਆ ਇਹ ਫਿਰ ਤੁਹਾਨੂੰ ਕਾਰ 'ਤੇ ਉੱਪਰ ਲੈ ਜੂਗੇ ਉੱਪਰ ਮੰਦਰ ਦੇ ਲਾਗੇ ਬਿਲਕੁਲ ਜਿੱਥੇ ਉਹ ਪੀਂਘਾ ਜੀ ਤੁਸੀਂ ਦੇਖੀ ਹੈ ਨਾ ਉੱਥੋਂ ਤੱਕ ਲੈ ਜੂਗੇ ਅਤੇ ਅਸੀਂ ਹੁਣ ਤਾਂ ਆ ਗਏ ਥੱਲੇ ਜੀ ਹਾਂਜੀ ਅਜੇ ਜੀ ਹੁਣ ਫਿਰ ਵਾਪਸ ਕਿੱਥੇ ਗਰਨਾ ਸਾਹਿਬ ਗੁਰਦੁਆਰਾ ਲਾਗੇ ਹੀ ਆ ਚਲੀਏ ਅਤੇ ਗਾਈਸ ਅਜੇ ਕਹਿੰਦਾ ਇੱਕ ਲਾਗੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਗਰਨਾ ਸਾਹਿਬ ਉੱਥੇ ਚੱਲੇ ਹਾਂ ਅਤੇ ਇਹ ਵਾਲੀ ਵੀਡੀਓ ਆਪਾਂ ਇੱਥੇ ਐਂਡ ਕਰਨ ਲੱਗੇ ਹਾਂ ਕਿਉਂਕਿ ਵੀਡੀਓ ਥੋੜ੍ਹੀ ਲੰਬੀ ਹੋ ਜਾਣੀ ਨਹੀਂ ਤਾਂ ਜੇ ਉਹ ਵੀ ਆਪਾਂ ਕਵਰ ਕਰ ਲਿਆ ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੇ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸੋ ਮੱਚ ਕੀਪ ਸਪੋਰਟਿੰਗ